ਸ਼੍ਰੀਕਾਲ ਜੀ ਤੇ ਅੱਜ ਅਸੀਂ ਜਾ ਰਹੇ ਹਰਿਮੰਦਰ ਸਾਹਿਬ ਆ ਸਾਰੇ ਆਪਣੇ ਯਾਰ ਮਿੱਤਰ ਨੇ ਹੱਥ ਅੱਗੇ ਕਰਦਾ ਮੈਂ ਤੇਰਾ ਮਮਾ ਨਹੀਂ ਕੰਮ ਤੇ ਦੇਣਾ ਯਾਰ ਸੱਚੋ ਕਰ ਅੱਜ ਅਸੀਂ ਜਾ ਰਹੇ ਓਏ ਲੜਨਾ ਨਹੀਂ ਹੈਗਾ ਯਾਰ ਦਰਬਾਰ ਸਾਹਿਬ ਜਾ ਰਹੇ ਆ ਠੀਕ ਆ ਲੜਨਾ ਕਿਸੇ ਨੇ ਨਹੀਂ ਆ ਚੁੱਪ ਚੁੱਪ ਤੇ ਜਾਣਾ ਸ਼ਾਂਤੀ ਨਾਲ ਜਾਣਾ ਮੈਂ ਵਲੌਗ ਬਣਾਉਣਾ ਵਾ ਜਿਹੜਾ ਸ਼ਰਾਰਤ ਕਰੇਗਾ ਕਮੈਂਟ 'ਚ ਉਹਦੀ ਸ਼ਿਕਾਇਤ ਆ ਜਾਣੀ ਆ ਅਤੇ ਉਹਨੂੰ ਅਗਲੀ ਵੀਡੀਓ 'ਚ ਮੈਂ ਲੈਣਾ ਹੀ ਨਹੀਂ ਠੀਕ ਆ ਨਾ ਆਹ ਬੰਦੇ ਆਏ ਨੇ ਦਿੱਲੀ ਤੋਂ ਇੱਕ ਆਹ ਦਿੱਲੀ ਤੋਂ ਆਇਆ ਵੀਰਾ ਆਪਣਾ ਅਤੇ ਆਹ ਦਿੱਲੀ ਤੋਂ ਆਇਆ ਠੀਕ ਹੈ ਨਾ ਇਹ ਆਪਣੇ ਨਾਲ ਆਏ ਨੇ ਅਤੇ ਇਹਨਾਂ ਨੂੰ ਆਪਾਂ ਅੰਮ੍ਰਿਤਸਰ ਘੁੰਮਾ ਲੈ ਕੇ ਚੱਲੇ ਹਾਂ ਅਤੇ ਚਲੋ ਚੱਲੀਏ ਪੂਰਾ ਵੀਡੀਓ ਦੇਖਿਓ ਦੇਖੋ ਜੀ ਹਮ ਬੂੰਡੀ ਮੇਂ ਜਾ ਰਹੇ ਹੈ जनानी है लाता ही लो मैं सारा ही लाता ए ए इतना तैयार होया जिवें पता नहीं बाबा जी होंदे ना भाई गुरु कर दो बस भाई गुरु भाई गुरु भाई गुरु सारे बोलो माता दी जकारा शेरावली दा मून व्रत रख लो केड़ा व्रत मून व्रत मून व्रत बस व्लॉग पे गया एड़ी लंबी जीभ दा आ मैं ਧਾਰ ਮੰਗਿਆ ਹੀ ਓ ਨਾ ਛੁੱਟੀ ਮਾਰ ਪ੍ਰਭਾ ਛੱਡ ਦੇ ਛੱਡ ਯਾ ਛੁੱਟੀ ਆਵੇ ਭਈਆ ਮੇਰਾ ਰਮਾਲ ਛੁੱਟਣ ਲੱਗਾ ਸੀ ਹੁਣ ਹਾਂਜੀ ਤੇ ਆਪਾਂ ਰੇਲਵੇ ਸਟੇਸ਼ਨ ਪਹੁੰਚ ਚੁੱਕੇ ਆ ਆ ਦੇਖੋ ਰੇਲਵੇ ਸਟੇਸ਼ਨ ਰੌਣਕਾਂ ਲੱਗੀਆਂ ਹੋਈਆਂ ਨੇ ਆ ਦੇਖੋ ਇਹ ਆ ਭਾਈ ਨੇ ਵੀ ਨਹੀਂ ਮਾਸਕ ਪਾਇਆ ਆ ਭਾਈ ਨੇ ਵੀ ਨਹੀਂ ਪਾਇਆ ਇਹਨੇ ਪਾਇਆ ਪਤਾ ਨਹੀਂ ਲੱਗ ਰਿਹਾ ਪਾਇਆ ਕਿ ਨਹੀਂ ਪਾਇਆ ਭਾਈ ਤੁਸੀਂ ਵੀ ਨਹੀਂ ਪਾਇਆ ਆਪਣੇ ਪਾਇਆ ਨਹੀਂ ਜਿਹੜਾ ਵੀਡੀਓ ਬਣਾ ਰਿਹਾ ਵਾ यार मैं मेरी फिर आवाज नहीं आनी ਤੁਹਾਡੇ ਤੱਕ ਲੈ ਮਾਸਕ ਪਾ ਕੇ ਸਭ ਨੇ ਮਾਸਕ ਇਸ ਕਰਕੇ ਪਾਇਆ ਕਹਿੰਦਾ ਮੈਨੂੰ ਕੋਈ ਪਹਿਚਾਨ ਨਾ ਲਵੇ ਮੇਰੇ ਫੈਨਸ ਰਸਤੇ 'ਚ ਟੱਕਰਦੇ ਆ ਅੱਛਾ ਹੁਣੇ ਲਿੱਤਾ ਨੇ ਨਵਾਂ ਲਿੱਤਾ ਮੁੰਡੇ ਨੇ ਤੇ ਆਪਾਂ ਟ੍ਰੇਨ ਦੀ ਵੇਟ ਕਰ ਰਹੇ ਟ੍ਰੇਨ ਕਦੋਂ ਆਣੀ ਹੈ 7:30 ਦੀ ਟ੍ਰੇਨ 7 ਵਜੇ ਟਾਈਮ ਕਿੰਨਾ ਆਇਆ ਵਾ 7:45 ਮਿੰਟ ਕਿਆ 7:45 ਮਿੰਟ ਕਿਆ 7:45 ਮਿੰਟ दूजी प्लेटफॉर्म ते जा रहे हैं चलिए चलो ਯਾਰ ਕੀ ਜਲੂਸ ਕੱਢੀ ਜਾਂਦਾ ਓ ਕਿੱਧਰ ਇੱਧਰ ਜਾਣਾ ਓ ਇੱਧਰ ਇੱਧਰ ਓਏ ਇੱਧਰ 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 ਜਾਂਦੇ ਆ ਯਾਰ ਇੱਧਰ ਕੋਈ ਲੈ ਮਾਈ ਮਾਈ ਬਾਬੀ ਜੀ ਹੈਲੋ ਮਾਈ ਬਾਬੀ ਆ ਮਾਰੀ ਇਹ ਮਾਰੀ ਬਾਬੀ ਓ ਦੂਸਰੀ ਬਾਬੀ ਵੀ ਪਿੱਛੇ ਹੀ ਹੈ ਮਾਈ ਵਾਈਫ ਦੂਸਰੀ ਬਾਬੀ ਵੀ ਪਿੱਛੇ ਹੈ ਮਾਰੀ ਯਾਰ ਓਏ ਹੱਥੇ ਲੈ ਕੇ ਆਏ ਓ ਯਾਰ ਆਇਓ ਯਾਰ ਇਹੋ ਜੀ ਖਾਪਣੀ ਯਾਰ ਵਧੀਆ ਲੱਗਦੀ ਵੇ ਚਲੋ ਯਾਰ ਚਲੋ ਘਰ ਆ ਗਏ ਉਹ ਤੇਰੀ ਜਨਾਨੀ ਪਿੱਛੇ ਰਹੀ तो गाइस ट्रेन आ गई हुई ट्रेन दे अंदर एंटर होवांगे टिकटा बुक हुई ने मास्क पाने चुके देखो बड़े हौली हौली आ रहे हैं
ਲਿਡੋ ਖਾਓ ਲਿਡੋ ਪਹਿਲਾਂ ਲਿਡੋ ਆਪਾਂ ਖੇਡਦੇ ਪਏ ਆ ਮੈਂ ਸੈਕਿੰਡ ਆਉਂਗਾ ਪੱਕਾ ਮੈਂ ਸੈਕਿੰਡ ਆਉਂਗਾ ਹੁਣ ਆਪਣੀ ਪਈ ਗੇਮ ਗਈ ਫਸ ਸਾਰਿਆਂ ਦੀ ਮੈਂ ਸੈਕਿੰਡ ਆ ਗਿਆ ਦੇਖੋ ਹੀ ਕੁਲਤਾਰ ਭਾਈ ਫਸਟ ਮੈਂ ਸੈਕਿੰਡ ਆ ਗਿਆ ਹੁਣ ਥਰਡ ਦੇਖਦੇ ਕੋਣ ਆਉਂਦਾ ਜਿਹੜਾ ਸੈਕਿੰਡ ਆਇਆ ਮੈਂ ਸੈਕਿੰਡ ਆ ਗਿਆ ਇੱਕ ਚਾਹੀਦਾ ਵਾ ਜਿਹੜਾ ਆ ਰਿਹਾ ਪੂਰੀ ਟ੍ਰੇਨ ਸਾਹਮਣੇ ਹਾਂ ਚੱਲ ਆਏ ਚੱਲ ਰਹਿੰਦਾ दो खेड के नहीं राजी इन्हें खेडने नहीं आता दिल्ली वाले है आपसी बातचीत हो रही ये है कि तू ਮੈਂ ਨਹੀਂ ਕਿੱਥੋਂ ਫੜ ਕੇ ਲਿਆਂਦਾ ਕਿੱਥੇ ਦਾ ਉਹ ਸ਼ੋਮਣੀ ਕਾਲੀ ਦਾ ਚੋਕੋ ਸ਼ੋਮਣੀ ਕਾਲੀ ਦਾ ਕਿੱਥੇ ਦਾ ਤੂੰ ਪਹਿਲੇ ਇਹਦਾ ਦੇਖੋ ਜੀ ਬੂਟ ਲੱਗਦਾ ਪਿਆ ਲੋਕਾਂ ਦੇ ਬੂਟ ਚੋਰੀ ਕਰ ਰਿਹਾ ਮੈਂ ਸ਼ੂਜ਼ ਘੁੰਮ ਗਿਆ ਮੇਰਾ ਇੱਕ ਮਿਲ ਗਿਆ ਬੁੱਲੜ ਹਾਂਜੀ ਦਾਰੂ ਦਾਰੂ ਚੱਕ ਅੰਮ੍ਰਿਤਸਰ ਪਹੁੰਚ ਚੁੱਕੇ ਹਾਂ ਆਹ ਸਾਡੀ ਟ੍ਰੇਨ ਸੀ ਆਪਾਂ ਟ੍ਰੇਨ ਤੋਂ ਉੱਤਰ ਚੁੱਕੇ ਹਾਂ ਅਤੇ ਹੁਣ ਆਪਾਂ ਦਰਬਾਰ ਸਾਹਿਬ ਜਾਣਾ ਵਾ ਅਤੇ ਇਹ ਸਾਰੇ ਥੱਕੇ ਹੋ ਨਾ ਦੇਖੋ ਇੱਕ ਰਹਿ ਗਿਆ ਸੀ ਉਹ ਉੱਤਰ ਗਿਆ ਉਹ ਇੱਧਰ ਆ ਇੱਧਰ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ
ਆਪਾਂ ਹੁਣ ਵਾਪਸ ਜਾ ਰਹੇ ਹਾਂ ਘਰੇ। ਦਰਸ਼ਨ ਬਹੁਤ ਵਧੀਆ ਹੋਏ ਯਾਰ, ਦਰਸ਼ਨ ਵਧੀਆ ਹੋਇਆ। ਮੁੰਡਾ ਮੁੰਡੇ ਥੱਕ ਚੁੱਕੇ ਨੇ ਦਿੱਲੀ ਵਾਲੇ, ਦਿੱਲੀ ਵਾਲੇ ਕੋਈ ਨਹੀਂ ਥੱਕਿਆ, ਪੰਜਾਬ ਵਾਲਿਆਂ 'ਚ ਹੱਲੇ ਵੀ ਜਾਣ ਹੈ। ਦਿੱਲੀ ਵਾਲੇ ਹਾਰ ਚੁੱਕੇ ਨੇ, ਦਿੱਲੀ ਵਾਲੇ ਹਾਰ ਚੁੱਕੇ ਨੇ। ਸਾਰੀ ਦਿਹਾੜੀ ਤੁਰੀ ਨਾ, ਤਾਂ ਕਰਕੇ ਆਪਾਂ ਨੂੰ ਫੀਲ ਨਹੀਂ ਹੁੰਦਾ। ਦਿੱਲੀ ਵਾਲੇ ਬਿਮਾਰੀ ਯਾਰ, ਇੱਕ ਬਿਮਾਰੀ ਬਿਮਾਰ ਬੰਦਾ ਸਭ ਤੋਂ, ਮੁੰਡਾ ਥੱਕਿਆ ਪਿਆ ਵਾ, ਸਭ ਤੋਂ ਬਿਮਾਰ ਬੰਦਾ ਹੈ। ਪੱਗ ਘੁਮਾ ਲੈਂਦਾ ਜੀ, ਘੁਮਾ ਕੇ ਦਿਖਾਓ। ਰੇਲਵੇ ਸਟੇਸ਼ਨ ਜਾਣਾ, ਠੀਕ ਹੈ? ਆਪਾਂ ਰੇਲਵੇ ਸਟੇਸ਼ਨ ਜਾਣਾ, ਠੀਕ ਹੈ? ਗੱਡੀ ਫੜਨੀ ਆ, ਘਰ ਨੂੰ ਜਾਣਾ ਲੁਧਿਆਣੇ ਨੂੰ। ਓਕੇ, ਕਿਸੇ ਨੇ ਰੌਲਾ ਨਹੀਂ ਪਾਉਣਾ, ਠੀਕ ਹੈ ਭਾਈ? ਹਾਂ, ਰੌਲਾ ਕਿਸੇ ਨੇ ਵੀ ਨਹੀਂ ਪਾਉਣਾ। ਇੱਦਾਂ ਕਰਾਂਗੇ, ਜੇ ਕਿਸੇ ਨੇ ਰੌਲਾ ਪਾਇਆ ਨਾ, ਮੈਂ ਦੱਸਦਾ ਜੀ, ਆਪਾਂ ਆਟੋ 'ਚ ਚੱਲਾਂਗੇ, ਠੀਕ ਹੈ? ਠੀਕ ਆ, ਫਿਰ ਆਪਾਂ ਰੇਲ ਗੱਡੀ ਜਾਵਾਂਗੇ, ਕਿਉਂਕਿ ਗੱਡੀ ਆ ਰਹੀ, ਆਪਾਂ ਛੋਟਾ ਜਿਹਾ ਸਾਈਡ ਹੋ ਜਾਵਾਂਗੇ, ਠੀਕ ਆ? ਕਾਰ ਚਲੋ ਚੱਲੀਏ ਫਿਰ। ਆ ਗਿਆ ਵਾ ਰੇਲਵੇ ਸਟੇਸ਼ਨ ਦੇ ਕੋਲ, ਰੇਲਵੇ ਸਟੇਸ਼ਨ ਅੱਗੇ ਆ ਨਾ। ਹਾਂ, ਬਸ ਰੇਲਵੇ ਪਹੁੰਚਣ ਹੀ ਵਾਲੇ ਹਾਂ। ਆਹ ਦੇਖੋ, ਟ੍ਰੇਨ ਆ ਚੁੱਕੀ ਹੈ, ਆਪਣੀ ਜਗ੍ਹਾ 'ਤੇ ਟ੍ਰੇਨ ਆ ਚੁੱਕੀ ਆ। ਅਤੇ ਮੁੰਡੇ ਖੁੰਡੇ ਰੈਡੀ ਨੇ ਘਰੇ ਜਾਣ ਨੂੰ, ਕਹਿੰਦਾ ਮੈਂ ਘਰੇ ਜਾ ਕੇ ਬਸ ਲੰਮੇ ਪੈਣਾ ਆ, ਟ੍ਰੇਨ 'ਚ ਵੀ ਸੌਂਗਾ, ਘਰੇ ਜਾ ਕੇ ਵੀ ਸੌਂਗਾ। ਕੰਨਾਂ ਨੂੰ ਮੈਂ ਸੋਹਣਾ ਲੱਗ ਰਿਹਾ ਨਾ, ਤੂੰ ਪਤਾ ਕਿੰਨੀ ਘੈਂਟ ਕੰਨਾਂ ਨੂੰ, ਟ੍ਰੇਨ ਵੀ ਆਹੀ ਆਪਣੀ ਲੱਗਦਾ ਤਾਂ ਇਹੀ ਆ। ਬਾਕੀ ਡੱਬਾ ਕਿਹੜਾ ਆ, ਕਿਹੜਾ ਡੱਬਾ? ਆਈ ਡੋਂਟ ਨੋ, ਡੱਬਾ ਪਤਾ ਕਰੋ ਯਾਰ ਛੇਤੀ, ਆਪਾਂ ਘਰੇ ਨੂੰ ਜਾ ਰਹੇ ਹਾਂ। ਲਾਸਟ ਹੋ ਗਿਆ, ਲਾਸਟ। ਟ੍ਰੇਨ 'ਚ ਬਹਿ ਚੁੱਕੇ ਨੇ ਤੇ ਹੁਣ ਲੁਧਿਆਣੇ ਲਈ ਜਾਣ ਲਈ ਤਿਆਰ ਆ। ਸੋ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਾ? 10 ਘੰਟੇ ਬਾਅਦ ਮੈਨੂੰ ਚਾਰਜਰ ਮਿਲਿਆ, 10 ਘੰਟੇ ਬਾਅਦ ਮੈਨੂੰ ਵੀ ਪੂਰੇ 10 ਘੰਟੇ ਬਾਅਦ ਮਿਲਿਆ, ਮੇਰੀ 3% ਬੈਟਰੀ ਆ। ਬਈ ਚੈਨਲ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਕਮੈਂਟ ਕਰ ਦਿਓ, ਤੇ ਕੀ ਕਹਿੰਦੇ ਸਬਸਕ੍ਰਾਈਬ ਕਰ ਦਿਓ, ਰਿਪੋਰਟ ਕਰ ਦਿਓ, ਬੈਲ ਬੈਲ ਆਈਕਨ ਦਬਾ ਦਿਓ, ਜਰੂਰ ਘੰਟਾ ਵਾਲਾ ਘੰਟਾ ਘੰਟਾ ਲਾਈਕ ਘੰਟਾ ਲਾਈਕ ਕਰਨਾ ਆਪੋ ਕਰਦੇ ਆ, ਸ਼ੇਅਰ ਕਰਨਾ ਇੱਕ ਲਾਈਕ, ਲਟਕੇ ਹੋਏ ਆ। ਦੇਖੋ ਚਿਹਰੇ ਥੱਕੇ ਥੱਕੇ ਹੋਏ ਆ, ਇਹ ਆਪਾਂ ਫਿਰ ਪੰਜਾਬ ਦੇ ਆ ਨਾ, ਦਿੱਲੀ ਦੇ ਚਿਹਰੇ ਨੇ, ਖਤਮ ਕਰਨਾ ਕਰੇ।